ਦੂਜੇ ਵਿਸ਼ਵ ਯੁੱਧ ਛਿਟਲਰ ਨੇ ਹਥਿਆਰਬੰਦ ਯੁੱਧ ਦੇ ਨਾਲ-ਨਾਲ ਮਨੋਵਿਗਿਆਨਕ ਯੁੱਧ ਵੀ ਕੀਤਾ ਯੁੱਧ ਦੇ ਆਰੰਭ ਚ ਉਹਦੀਆਂ ਉੱਪਰੋਂ ਥਲੀ ਕਈ ਜਿੱਤਾਂ ਨੇ ਸਾਰੀ ਦੁਨੀਆ ਦਾ ਹਿਲਾ ਦਿੱਤੀ ਹਿਟਲਰ ਅਕਸਰ ਚੁੱਪਚਾਪੀਤੇ ਕਿਸੇ ਛੋਟੇ ਦੇਸ਼ ਜਾਂ ਸ਼ਹਿਰ ਤੇ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ ਚ ਲੈ ਲੈਂਦਾ ਅਜਾਏ ਹਮਲੇ ਸੰਬੰਧੀ ਉਹ ਨਾ ਕੋਈ ਸੂਚਨਾ ਦਿੰਦਾ ਨਾ ਹੀ ਕਿਸੇ ਨੂੰ ਪਤਾ ਲੱਗਣ ਦਿੰਦਾ ਉਸ ਦੇਸ਼ ਜਾਂ ਸ਼ਹਿਰ ਨੂੰ ਕਬਜ਼ੇ 'ਚ ਲੈਣ ਉਪਰੰਤ ਕੁਝ ਹੀ ਦਿਨਾਂ 'ਚ ਫੌਜੀ ਦਫ਼ਤਰ ਚੌਕੀਆਂ ਮੋਰਚੇ ਆਦਿ ਸਥਾਪਿਤ ਕਰਨ ਉਪਰੰਤ ਹਿਟਲਰ ਐਲਾਨ ਕਰਦਾ ਸੀ ਕਿ ਜਰਮਨੀ ਅਗਲੇ ਬੁੱਧਵਾਰ ਉਸ ਦੇਸ਼ ਜਾਂ ਸ਼ਹਿਰ ਤੇ ਤਾਵਾ ਬੋਲੇਗਾ ਵੀਰਵਾਰ ਨੂੰ ਉਹ ਸੰਸਾਰ ਭਰ ਦੇ ਪੱਤਰਕਾਰਾਂ ਨੂੰ ਫੌਜੀ ਟਰੱਕਾਂ 'ਚ ਲੱਦ ਕੇ ਦੂਰ ਅੰਦਰ ਤੱਕ ਦਾ ਢੇਡਾ ਲਵਾ ਦਿੰਦਾ ਪੱਤਰਕਾਰ ਹੈਰਾਨ ਹੁੰਦੇ ਵੀ 24 ਘੰਟਿਆਂ 'ਚ ਜਰਮਨ ਫੌਜਾਂ ਨੇ ਦੇਸ਼ ਤੇ ਪੂਰਾ ਤੇ ਪੱਕਾ ਕਬਜ਼ਾ ਕਰ ਲਿਆ ਸੀ ਅਜੇ સમાચાર ਜਦੋਂ ਸੰਸਾਰ ਪਰਦੇ ਸਮਾਚਾਰ ਪੱਤਰਾਂ 'ਚ ਛਪਦੇ ਸਨ ਤਾਂ ਕਈ ਗਵਾਂਢੀ ਦੇਸ਼ਾਂ ਵਿੱਚੋਂ ਲੜਨ ਦਾ ਹੌਸਲਾ ਮੁੱਕ ਜਾਂਦਾ ਸੀ ਧੰਨਵਾਦ